गुरबाणी इस जग में चानन। महाराज गुरु नानक साहब कहिंदे आ कि पंज तरह के स्रोते धार्मिक स्थानां ते आउंदे। महाराज केड़े कहिंदे ने? एक स्रोता वह है जिहड़ा सिर्फ राग ते रागनी समझण वाला है, उहनूं पता लग जांदा इह धर्मशाला विच फलां सिंह आया जां फलां सिख आया जां फलाना भजन गाउण वाला है, उहनूं राग दी समझ है, उहदा भजन नाल सिमरन नाल कोई तल्लुकात नहीं। ਉਹ ਇਹ ਦੇਖਣ ਵਾਸਤੇ ਆਉਂਦਾ ਹੈ ਕਿ ਜਿਹੜਾ ਅੱਜ ਰਾਗੀ ਆਇਆ ਹੈ ਇਹ ਕਿਸ ਉਹ ਰਾਗ ਗਾ ਸਕੇਗਾ? ਉਹ ਸਪਿਰਚੁਅਲਿਟੀ ਲਈ ਨਹੀਂ ਆਇਆ, ਉਹ ਸਿਰਫ ਰਾਗ ਦੀ ਵਿੱਦਿਆ ਦਾ ਜਾਣਕਾਰ ਹੈ। ਦੂਸਰਾ, ਇੱਕ ਸਰੋਤਾ ਉਹ ਹੈ ਜਿਹਨੂੰ ਪਤਾ ਲੱਗ ਜਾਵੇ ਵੀ ਅੱਜ ਫਲਾਣਾ ਬੰਦਾ, ਉਹਨੂੰ ਰਾਗ ਦੀ ਸਮਝ ਨਹੀਂ ਪਰ ਇੰਨਾ ਪਤਾ ਲੱਗ ਜਾਂਦਾ ਹੈ ਬੜਾ ਸੁਰ 'ਚ ਗਾਉਂਦਾ ਹੈ, ਇਹਦੀ ਆਵਾਜ਼ ਬੜੀ ਮਿੱਠੀ। ਕਈ ਵਾਰੀ ਬੰਦਾ ਸਿਰਫ ਆਵਾਜ਼ 'ਤੇ ਗਲੇ ਵੱਲ ਕੇਂਦਰਿਤ ਰਹਿੰਦਾ ਹੈ, ਉਹਨੂੰ ਇਹ ਪਤਾ ਹੀ ਨਹੀਂ ਹੁੰਦਾ ਉਸ ਗਲੇ ਵਿੱਚੋਂ ਸ਼ਬਦ ਕਿਹੜਾ ਗਾਇਆ ਜਾ ਰਿਹਾ। ਯਾਦ ਰੱਖਿਓ, ਬੜੀ ਬਰੀਕ ਗੱਲ ਹੈ। ਇੱਕ ਰਾਗ ਰਾਗ ਨਹੀਂ ਸਮਝਣ ਆਉਂਦੇ ਆ, ਦੂਸਰੇ ਆਵਾਜ਼ ਸੁਣ ਆਉਂਦੇ ਆ ਸੁਰ, ਤੀਸਰੇ ਜਿਹੜੇ ਨੇ ਉਹ ਤਬਲੇ ਦੇ ਗਾਹਕ ਆਉਂਦੇ ਆ, ਉਹਨਾਂ ਦਾ ਕੋਈ ਸੰਬੰਧ ਨਹੀਂ ਹੁੰਦਾ। ਕਈ ਵਾਰੀ ਚੰਗਾ ਤਬਲਾ ਵਜਾਉਣ ਵਾਲਾ ਆਇਆ ਹੋਵੇ ਅਤੇ ਵਾਜੇ ਨਾਲ ਸੰਗਤ ਕੋਈ ਦੇ ਦੇ, ਫਿਰ ਬੇਨਤੀ ਹੈ ਤੰਤੀ ਸਾਜ ਕੋਈ ਵੀ ਵਜਾਵੇ, ਉਹਨਾਂ ਦਾ ਪੂਰਾ ਧਿਆਨ ਤਬਲੇ ਵਾਲੇ ਪਾਸੇ ਹੁੰਦਾ ਹੈ। ਇਹਦੀਆਂ ਉਂਗਲਾਂ, ਇਹਦਾ ਤਾਲ ਕਿਵੇਂ, ਇਹ ਤਬਲਾ ਜਿਹੜਾ ਪਲੇ ਕਰ ਰਿਹਾ। ਮਹਾਰਾਜ ਕਹਿੰਦੇ ਆ ਸੁਣੋ, ਇੱਕ ਰਾਗ ਸੁਣ ਆਉਂਦੇ ਆ, ਦੂਜੇ ਸੁਰੀਲੀ ਆਵਾਜ਼ ਸੁਣ ਆਉਂਦੇ ਆ, ਤੀਸਰੇ ਤਬਲੇ ਵਾਲੇ ਦੇ ਤਾਲ ਸੁਣ ਆਉਂਦੇ ਆ, ਚੌਥੇ ਉਹ ਨੇ ਜਿਨ੍ਹਾਂ ਨੂੰ ਸੁਰ ਦਾ ਪਤਾ ਨਹੀਂ, ਰਾਗ ਦਾ ਪਤਾ ਨਹੀਂ, ਤਬਲੇ ਦਾ ਪਤਾ ਨਹੀਂ। ਉਹ ਕਹਿੰਦੇ ਨੇ ਜਦੋਂ ਚਿਮਟੇ ਵੱਜਦੇ ਆ ਨਾ ਅਤੇ ਸਾਜ਼ਾਂ ਦਾ ਸਵਾਦ ਬੜਾ ਆਉਂਦਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਬੇਤਾਲਾ ਵੱਜ ਰਿਹਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਬੇਸੁਰਾ ਗਾ ਰਿਹਾ ਹੈ। ਮਹਾਰਾਜ ਕਹਿੰਦੇ ਆ ਇਹਨਾਂ ਚਾਰਾਂ ਨੂੰ, ਖਿਮਾ ਕਰਿਓ, ਰਾਗ ਵਾਲੇ ਨੂੰ, ਸੁਰ ਵਾਲੇ ਨੂੰ, ਤਬਲੇ ਵਾਲੇ ਨੂੰ ਜਿਹੜੇ ਸੁਣਨ ਆਏ ਨੇ ਸਰੋਤੇ, ਜਾਂ ਜਿਹੜੇ ਸਾਜ਼ਾਂ ਨੂੰ ਲਾਈ ਕਰਦੇ ਆ, ਉਹਨਾਂ ਨੂੰ ਧਰਮਸ਼ਾਲਾ ਤੋਂ ਬਾਹਰ ਨਿਕਲ ਕੇ ਪੁੱਛਿਓ ਕਿ ਜਿਸ ਬੰਦੇ ਨੇ ਗਾਇਆ ਉਹਨੇ ਸ਼ਬਦ ਕਿਹੜੇ ਗਾਏ? ਉਹ ਕਹਿੰਦਾ ਸੌਰੀ, ਮੈਂ ਤਾਂ ਸਿਰਫ ਸਰਗਮ ਵੱਲ ਹੀ ਧਿਆਨ ਦਿੱਤਾ, ਮੈਂ ਸ਼ਬਦ ਵੱਲ ਧਿਆਨ ਨਹੀਂ ਦਿੱਤਾ। ਇੱਕ ਕਹਿੰਦਾ ਮੈਂ ਤਬਲੇ ਦੇ ਤਾਲ ਸੁਣਦਾ ਰਿਹਾ, ਮੈਂ ਉੱਧਰ ਧਿਆਨ ਨਹੀਂ ਦਿੱਤਾ। ਮਹਾਰਾਜ ਕਹਿੰਦੇ ਆ ਇੱਕ ਪੰਜਵਾਂ ਸਰੋਤਾ ਹੈ ਜਿਹੜਾ ਸੱਚ ਇਹ ਵੇ ਕਿ ਸ਼ਬਦ ਸੁਣ ਆਉਂਦਾ ਹੈ, ਉਹ ਸੁਰ ਰਾਗ ਤਾਲ ਨੂੰ ਜਾਣਦਾ ਹੈ, ਪਰ ਜਦੋਂ ਉਹਨੂੰ ਪੁੱਛ ਕੇ ਦੇਖੋ ਉਹ ਕਹਿੰਦਾ ਅੱਜ ਭਾਈ ਸਾਹਿਬ ਨੇ ਕੀਰਤਨ ਵਿੱਚ ਇਹਨਾਂ ਇਹਨਾਂ ਸ਼ਬਦਾਂ ਦਾ ਕੀਰਤਨ ਕੀਤਾ। ਮਹਾਰਾਜ ਕਹਿੰਦੇ ਇਹ ਸਰੋਤਾ ਪੰਜਾਂ ਸਰੋਤਿਆਂ ਵਿੱਚੋਂ ਸ਼੍ਰੋਮਣੀ, ਗੁਰੂ ਨਾਨਕ ਪ੍ਰਕਾਸ਼ ਵਿੱਚ ਇਹ ਚਾਰ ਸਤਰਾਂ ਨੇ ਜੀ। ਮਹਾਰਾਜ ਕਹਿੰਦੇ ਆ ਸਰੋਤਾ ਜਗ ਮੈਂ ਪੰਚ ਪ੍ਰਕਾਰਾ, ਅਤੇ ਮੈਨੂੰ ਇਹਦੇ ਅਰਥ ਕਰਦੇ ਇੱਥੇ ਲੋੜ ਨਹੀਂ ਪੈਂਦੀ, ਇਹ ਤਕਰੀਬਨ ਇੱਦਣ ਦੀ ਬੋਲੀ ਨਾਲ ਮੇਲ ਖਾਂਦੇ ਨੇ। ਸਰੋਤਾ ਜਗ ਮੈਂ ਪੰਚ ਪ੍ਰਕਾਰਾ, ਸੋਖੋਂ ਤੁਮਸੋਂ ਕਰੂੰ ਉਚਾਰਾ, ਰਾਗ ਰਾਗਨੀ ਸਮਝੈ ਏਕਾ, ਰਾਗ ਰਾਗਨੀ ਸਮਝੈ ਏਕਾ, ਦੂਜਾ ਸੁਰ ਕੋ ਲਖੈ ਬਵੇਕਾ, ਤੀਜੋ ਸੁਣੈ ਤਾਲ ਹਿਤ ਦਇਆ, ਚਤੁਰਤ ਬਾਦਤ ਕੋ ਵਾਜੇ ਦਾ ਸਾਜ ਦਾ, ਚਤੁਰਤ ਬਾਦਤ ਕੋ ਰਸ ਲੀਆ, ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭਨ ਮੈਂ ਪ੍ਰਵੀਨਾ। ਪੰਜਵਾਂ ਵੋਖ ਹੈ ਜਿਹੜਾ ਸ਼ਬਦ ਗਾਇਆ ਜਾ ਰਿਹਾ। ਉਂਝ ਦਾਸ ਦਾ ਇੱਕ ਹੁੰਦਾ ਮਕਸਦ ਕਿ ਜਿਹੜਾ ਕੀਰਤਨ ਕਰ ਰਿਹਾ ਸਿੱਖ, ਮੈਂ ਸੱਚੀ ਮੁੱਚੀ ਨੋਟ ਰੱਖਣਾ ਹੁੰਦਾ ਕਿਹੜੇ ਕਿਹੜੇ ਸ਼ਬਦ ਪੜ੍ਹੇ। ਹੁਣ ਆਪ ਜੀ ਕੋਲ ਹਰ ਮਹੀਨੇ ਕੀਰਤਨੀ ਆਉਂਦੇ ਆ, ਕਿ ਯਾਦ ਰੱਖੋ, ਯਤਨ ਕਰਿਆ ਕਰੀਏ ਕਿ ਕੀਰਤਨ ਦੀ ਹਾਜ਼ਰੀ ਵਿੱਚ ਘੱਟੋ ਘੱਟ ਇੰਨਾ ਕੁ ਜ਼ਰੂਰ ਨੋਟ ਕਰਕੇ ਲੈ ਜਾਈਏ ਅੱਜ ਭਾਈ ਸਾਹਿਬ ਨੇ ਕਿੰਨਾ ਕਿੰਨਾ ਸ਼ਬਦਾਂ ਦਾ ਕੀਰਤਨ ਕੀਤਾ ਹੈ। ਮੈਂ ਇਹ 'ਚ ਕੋਈ ਸ਼ੱਕ ਨਹੀਂ, ਵਾਹਿਗੁਰੂ ਸ਼ਬਦ ਸਿੰਘ ਜਪਦੇ ਆ ਜੀ ਵਾਜੇ 'ਤੇ, ਮੈਂ ਬਿਲਕੁਲ ਵਾਹਿਗੁਰੂ ਕਦੀ ਭੁੱਲ ਕੇ ਜ਼ਿੰਦਗੀ 'ਚ ਸ਼ਬਦ ਦੀ ਨਿੰਦਿਆ ਨਾ ਹੋਵੇ, ਪਰ ਕੀਰਤਨ ਦੀ ਆਪਣੀ ਥਾਂ ਹੈ, ਵਾਹਿਗੁਰੂ ਜਾਪ ਦੀ ਆਪਣੀ ਥਾਂ ਹੈ। ਦਰਬਾਰ ਸਾਹਿਬ ਅੰਦਰ ਕੋਈ ਰਾਗੀ ਦੋ ਮਿੰਟ, ਇੱਕ ਮਿੰਟ ਵੀ ਪੰਜ ਛੇ ਵਾਰੀ ਵਾਹਿਗੁਰੂ ਵਾਹਿਗੁਰੂ ਨਹੀਂ ਕਹਿ ਸਕਦਾ। ਕਦੀ ਆਪ ਨੇ ਸੁਣਿਆ? ਕਦੀ ਨਹੀਂ ਕਹਿ ਸਕਦੇ। ਸ਼ਬਦ ਦੀ ਸਮਾਪਤੀ 'ਤੇ ਇੱਕ ਵਾਰੀ ਕਹਿਣਗੇ ਵਾਹਿਗੁਰੂ, ਆਰੰਭਤਾ 'ਚ ਕਹਿ ਜਾਣਗੇ ਸਤਨਾਮ ਵਾਹਿਗੁਰੂ, ਪਰ ਉੱਥੋਂ ਦੀ ਮਰਿਆਦਾ ਇਹ ਵੇ ਕਿ ਤੁਸੀਂ ਰਾਗ ਵਿੱਚ ਜਿੰਨੇ ਤੋਂ ਜਿੰਨੇ ਸ਼ਬਦ ਵੱਧ ਤੋਂ ਵੱਧ ਪੜ੍ਹ ਸਕਦੇ ਹੋ ਸ਼ਬਦ ਪੜ੍ਹੋ, ਅਤੇ ਦੂਜੀ ਗੱਲ
पूरा शब्द पढ़न तो बाद तुसी प्रमाण जरूर देने, प्रमाणा सहित कीर्तन करना। आ उज्जैन है ना मध्य प्रदेश विच, इत्थे राजा होया विक्रमादित्य। यह बड़ा गुणा दा कदरदान से। इस दे दरबार दे विच एक बार एक मूर्ति घड़ा आया सी, मैं रजौरी बेनती करके आया। उन्हें तीन मूर्तियां बनाईया ते मूर्तियां दरबार विच रख के राजा विक्रमादित्यां नूं कहिंदा है कि मेरियां ये मूर्तियां वख वख ने ते इन्हां दी वख वख कीमत मैनूं दिओ, क्योंकि तू कला दा बहुत कदरदान है। लोकां देखिया मूर्ति दा आकार इको जिहा, भार इको जिहा, उहदी बनतर ते रंग इको जैसा, ते राजा ते दरबारी कहिंदे आ मूर्तियां इक जैसियां ने, तू पैसे वख वख क्यों मंगना है। वह कहिंदा नहीं, तिन्ने वख वख ने। जदों थोड़ी जी बहस हो रही सी ते उस दे दरबार दे विच कालीदास कवि मेघदूत जिहदी रचना बड़ी शौक नाल हिंदुस्तान च पढ़ी जांदी, कालीदास आया, उन्हें देखिया, वह समझ गया उस कवि तो उस मूर्तिकार तो। उन्हें देख के क्या राजन मैनू जे वक्त दिओ मैं तिना मूर्तियां का निरीक्षण कर लवां। उन्हें अपने हाथ विच तीला ले लिया, जिवें झाड़ू का तीला हुंदा है। उसने पहली मूर्ति दे कान विच पाया, बंतर ऐसी बनी सी, उहदा अंदरों इहो जिहा सिस्टम उन्हें बनाया सी सुराख, एक कान विच तीला पाया ते दूजे विचों निकल गया। उन्हें वह तीला दूसरे कान विच पाया ते वह खब्बों सज्जे निकल जाए, सज्जों खब्बे निकल जाए, ते कालीदास कहिंदा इस मूर्ति नूं बाहर रख दिओ। उस तो बाद वह दूसरी मूर्ति वल गया, उन्हें उसके कान विच तीला पाया ते वह मूर्ति का अंदर का ढांचा इस तरह बनाया सी सुराख, वह तीला मूँह विचों बाहर निकल जाए। जदों दूसरे कान च पाए फिर मूँह चो बाहर निकल जाए, कहिंदा इस मूर्ति नूं थोड़ा जिहा नज़दीक रख दिओ। तीसरी मूर्ति कोल गया, उन्हें दोनों कन्नां विचों तीले पाए मूर्ति दे कन्नां च, वह तीला ना तो दूसरे कन्न चो बाहर निकले ना वह मूँह चो बाहर निकलिया। उन्हें कई तीले पाए वह सारे विच खप गए, ते कालीदास उहदे वल मूर्तिकार ने देखिया ते मुस्कुरा पिया। उन्हूं समझ पै गई कि बंदा मेरे हुनर का कदरदान आ गया। उसे फिर कालीदास ने कहा राजन जिस मूर्ति दे एक कन्न विच तीला पाया दूसरे विचों निकलिया, पहली गल तां इह समझ इह मूर्तिकार पैसिआं लई नहीं आया, इह मूर्तिकार साडे समाज नूं कोई समझाण आया। कहिंदा मेरे मुताबक इन्हें तीन तरह के स्रोतियां की बिरती ढांचे राही बयान की। मैं इत्थे मूर्ति पूजा की गल नहीं कर रहा, यह तीन तरह के स्रोतियां की व्याख्या करन आया मूर्ति राही। कहिंदा राजन एक स्रोते वह आउंदे ने जिन्हां दे कन्न विच जिवें तीला पाया दूसरी तरफ बाहर निकल गया, जिन्ना मर्जी सुनिया एक कन्न विच पाया ते दूजे कन्न विचों बाहर निकल गया। कहिंदा इहदी तेला कीमत नहीं, इस मूर्ति की कीमत है। इहनू गुरु साहिब ने मूर्ति दी थां वांस दे टुकड़े नाल तुलना दित्ती। कबीर साचा सतगुर क्या करे जो सिखा मैं चूक, अंधे एक ना लागी जो बांस बजाइए फूक। बांस दे विच फूक मारो एक पासे दूजे पासे। कहिंदा ये वह स्रोता है जिहड़ा थां थां ते जांदा है, एक कन चो सुनदा है दूजे चो बाहर निकल जांदा है। कहिंदा दूसरी मूर्ति ये वो स्रोता है जो कन नाल सुनदा है, पर इहदे अंदर एक कमजोरी ये वे सुनदा किसे तो वे ते अपना प्रभाव पाउण लई अपनी जबान तो लोगों नूं सुनाउण लग पैंदा है। लोग कह लग पैंदे ने विद्वान बड़ा है, कहिंदे ये वो है जो सुनता है और सुनकर लोगों को बोलता है। इहदा मतलब टिकदा नहीं भी सुनाई जांदा है। इहदे च उन्हें कहा तीसरी मूर्ति जिस दे कन्न विच पाया सब कुछ अंदर चला गया, ये वो स्रोता है जो कन्ना दे कटोरिया राही गुरु के बोल सुनदा है, उन्हूं तुर अपने अंदर ले जा के उहदे अनुसार जीवन जींदा है।